सत श्री अकाल जी, साडे चैनल विच तुहाडा बहुत 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 स्वागत है। अज असी गल करांगे हल्दी दी। हल्दी दे डब्बे विच एक ऐ चीज मिला के रख दियो ता तुहाडे घर चारों पासे तन संपत्ति खुशियां बरकतां चारों पासे आणगियां कि तुसी हैरान रह जाओगे। हां जी, हल्दी किचन दी शान है, रसोई दी शान है हल्दी। हल्दी तो बिना जेकर असी कोई भी सब्जी बनावांगे ता उसका टेस्ट नहीं आंदा है। भाव हल्दी तो बिना कोई खाना कोई सब्जी रोटी बन ही नहीं सकती। कोई भी असी जदों अच्छा काम करते हाँ, शुभ काम करते हाँ, उस वेले भी हल्दी का इस्तेमाल वरतों की जाती है। ਵਿਆਹ ਸ਼ਾਦੀ ਵਿੱਚ ਹਲਦੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਨਾਲ ਸਕਿਨ ਸੰਬੰਧੀ ਜੋ ਵੀ ਸਾਡੀਆਂ ਬਿਮਾਰੀਆਂ ਹੁੰਦੀਆਂ ਹਨ ਉਹ ਵੀ ਹਲਦੀ ਦੂਰ ਕਰਦੀ ਹੈ। ਅਤੇ ਸਭ ਤੋਂ ਵੱਡਾ ਜੋ ਕਿ ਅੱਜ ਅਸੀਂ ਮੇਨ ਜਿਸ ਚੀਜ਼ ਪਿੱਛੇ ਵੀਡੀਓ ਬਣਾਈ ਹੈ, ਹਲਦੀ ਤਾਂ ਦੇਖੋ ਉਹ ਇੱਕ ਐਸੀ ਔਸ਼ਧੀ ਹੈ ਜੋ ਬਹੁਤ ਸਾਰੀਆਂ ਬਿਮਾਰੀਆਂ ਦੂਰ ਕਰਦੀ ਹੈ। ਘਰ ਦਾ ਸਾਡਾ ਜਿਹੜਾ ਖਾਣਾ ਬਣਾਉਣ ਵਿੱਚ ਉਹ ਟੇਸਟ ਲਿਆਉਂਦੀ ਹੈ, ਪਰ ਉਸ ਦੇ ਨਾਲ ਨਾਲ ਹਲਦੀ ਵਿੱਚ ਇੱਕ ਐਸੇ ਹੋਰ ਵੀ ਕਈ ਗੁਣ ਹਨ ਜਿਵੇਂ ਕਿ ਘਰ ਵਿੱਚੋਂ ਦੁੱਖ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਇਸ ਹਲਦੀ ਦੇ ਨਾਲ। ਘਰ ਵਿੱਚ ਖੁਸ਼ੀਆਂ, ਪੈਸੇ, ਸੁੱਖ ਸਮਰਿੱਧੀ ਵੀ ਆ ਸਕਦੀ ਹੈ ਇਸ ਹਲਦੀ ਦੇ ਨਾਲ। ਅਤੇ ਇਸ ਦੇ ਨਾਲ ਨਾਲ ਹਲਦੀ ਦੇ ਡੱਬੇ ਵਿੱਚ ਇੱਕ ਐਸੀ ਚੀਜ਼ ਤੁਸੀਂ ਰੱਖਣੀ ਹੈ ਜਿਸ ਦੇ ਨਾਲ ਤੁਹਾਡੇ ਘਰ ਦੀ ਕਾਇਆ ਹੀ ਪਲਟ ਜਾਏਗੀ। ਇਹ ਸਭ ਚੀਜ਼ਾਂ ਦੇ ਬਾਰੇ ਅੱਜ ਅਸੀਂ ਵੀਡੀਓ ਵਿੱਚ ਗੱਲ ਕਰਨ ਵਾਲੇ ਹਾਂ। ਇਸ ਕਰਕੇ ਆਪਣੇ ਫਾਇਦੇ ਲਈ ਇਹ ਵੀਡੀਓ ਅੰਤ ਤੱਕ ਜ਼ਰੂਰ ਦੇਖਣਾ ਜੀ। ਅਤੇ ਜੇਕਰ ਚੈਨਲ 'ਤੇ ਨਵੇਂ ਆਏ ਹੋ ਤਾਂ ਹੱਥ ਜੋੜ ਕੇ ਬੇਨਤੀ ਹੈ, ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਜੀ। ਅਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ ਜੀ। ਅਤੇ ਹੁਣ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਛੋਟੇ ਛੋਟੇ ਉਪਾਅ, ਹਲਦੀ ਦੇ ਛੋਟੇ ਛੋਟੇ ਉਪਾਅ ਕਰਕੇ ਅਸੀਂ ਆਪਣੇ ਘਰ ਵਿੱਚ ਸੁੱਖ ਸਮਰਿੱਧੀ ਲਿਆ ਸਕਦੇ ਹਾਂ। ਹਲਦੀ ਦੇ ਇਹ ਛੋਟੇ ਛੋਟੇ ਉਪਾਅ ਕਰਨ ਨਾਲ ਮਾਂ ਲਕਸ਼ਮੀ ਬੜੀ ਖੁਸ਼ ਹੁੰਦੀ ਹੈ ਅਤੇ ਉਹਦੀ ਕਿਰਪਾ ਤੁਹਾਡੇ ਘਰ ਵਿੱਚ ਹਮੇਸ਼ਾ ਬਣੀ ਰਹਿੰਦੀ ਹੈ। ਅਤੇ ਤੁਸੀਂ ਸਭ ਤੋਂ ਪਹਿਲੇ ਕੀ ਕਰਨਾ ਹੈ, ਜੋ ਘਰ ਵਿੱਚ ਤੁਹਾਡੇ ਕਿਚਨ ਵਿੱਚ ਹਲਦੀ ਦਾ ਜਿਹੜਾ ਡੱਬਾ ਹੋਏਗਾ ਉਹਦੇ ਵਿੱਚ ਤੁਸੀਂ ਇਹ ਚੀਜ਼ ਬਿਨਾਂ ਦੱਸੇ ਕਿਸੇ ਨੂੰ ਵੀ ਚੁੱਪਕੇ ਨਾਲ ਇਹ ਛੁਪਾ ਕੇ ਰੱਖ ਦੇਣੀ ਹੈ। ਤੁਹਾਡੇ ਘਰ ਵਿੱਚ ਜੇਕਰ ਪੜ੍ਹਾਈ ਸੰਬੰਧੀ ਕੋਈ ਬੱਚਾ ਪੜ੍ਹ ਨਹੀਂ ਰਿਹਾ ਹੈ, ਕਰੀਅਰ ਸੰਬੰਧੀ ਤੁਹਾਡੀ ਕੋਈ ਨੌਕਰੀ ਨਹੀਂ ਲੱਗ ਰਹੀ ਹੈ, ਜਾਂ ਤੁਹਾਡਾ ਕਾਰੋਬਾਰ ਨਹੀਂ ਚੱਲ ਰਿਹਾ ਹੈ, ਤੁਹਾਡੇ ਘਰ ਵਿੱਚ ਪੈਸਾ ਨਹੀਂ ਆ ਰਿਹਾ ਹੈ, ਪੈਸਾ ਆ ਵੀ ਰਿਹਾ ਹੈ ਤਾਂ ਟਿਕ ਨਹੀਂ ਰਿਹਾ ਹੈ, ਇਹ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ। ਅਤੇ ਉਹ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਹਲਦੀ ਦੇ ਡੱਬੇ ਵਿੱਚ ਮਿਲਾਉਣੀ ਹੈ? ਉਹ ਚੀਜ਼ ਹੈ ਲਾਲ ਮਿਰਚ। ਹਾਂਜੀ, ਸੁੱਕੀ ਲਾਲ ਮਿਰਚ ਜੋ ਹੁੰਦੀ ਹੈ ਉਹ ਦੋ ਸੁੱਕੀਆਂ ਲਾਲ ਮਿਰਚਾਂ ਛੁਪਾ ਕੇ ਸ਼ਾਮ ਨੂੰ ਤੁਸੀਂ ਉਹ ਹਲਦੀ ਵਾਲੇ ਡੱਬੇ ਵਿੱਚ ਪਾ ਦਿਓ। ਯਕੀਨ ਮੰਨੋ, ਇਸ ਇਹ ਟੋਟਕਾ ਇਹ ਉਪਾਅ ਕਰਨ ਨਾਲ ਤੁਹਾਡੇ ਘਰ ਦੀ ਕਾਇਆ ਪਲਟ ਜਾਏਗੀ ਔਰ ਚਮਤਕਾਰ ਇਸ ਤਰ੍ਹਾਂ ਹੋਣਗੇ ਕਿ ਤੁਹਾਨੂੰ ਖੁਦ ਵੀ ਯਕੀਨ ਨਹੀਂ ਹੋਏਗਾ। ਬਸ ਇਹਦੇ ਵਿੱਚ ਇਹ ਦੋ ਸ਼ਰਤਾਂ ਜ਼ਰੂਰ ਤੁਸੀਂ ਯਾਦ ਰੱਖੀਆਂ ਹਨ, ਦੋ ਜ਼ਰੂਰੀ ਚੀਜ਼ਾਂ ਯਾਦ ਰੱਖਣੀਆਂ ਹਨ। ਉਹ ਕਿਹੜੀਆਂ ਹਨ? ਪਹਿਲੀ ਤਾਂ ਇਹ ਜੋ ਤੁਸੀਂ ਮਿਰਚ ਪਾ ਰਹੇ ਹੋ ਹਲਦੀ ਦੇ ਡੱਬੇ ਵਿੱਚ, ਉਹ ਕਿਸੇ ਨੂੰ ਵੀ ਪਤਾ ਨਾ ਲੱਗੇ, ਚੁਪਕੇ ਦੇ ਨਾਲ ਮਿਲਾਉਣੀਆਂ ਹੈ। ਇਸ ਬਾਰੇ ਤੁਸੀਂ ਕਿਧਰੇ ਵੀ ਰੋਲਾ ਨਹੀਂ ਪਾਉਣਾ ਹੈ, ਕਿਉਂਕਿ ਮੈਂ ਹਰ ਵਾਰੀ ਤੁਹਾਨੂੰ ਦੱਸਦੀ ਹਾਂ ਕਿ ਜੇਕਰ ਆਪਾਂ ਕੋਈ ਵੀ ਟੋਟਕਾ ਜਾਂ ਉਪਾਅ ਕਰਦੇ ਹਾਂ ਜਿੰਨਾ ਤੁਸੀਂ ਉਹਨੂੰ ਸ਼ਾਂਤੀ ਨਾਲ ਛੁਪਾ ਕੇ ਕਰੋਗੇ ਉਹਦਾ ਫਲ ਬਹੁਤ ਜ਼ਿਆਦਾ ਮਿਲਦਾ ਹੈ, ਅਤੇ ਜੇਕਰ ਸ਼ੋਰ ਪਾ ਕੇ ਕਰੋਗੇ, ਦੱਸ ਕੇ ਕਰੋਗੇ ਤਾਂ ਉਹਦਾ ਜਿਹੜਾ ਫਲ ਮਿਲਣ ਵਾਲਾ ਹੁੰਦਾ ਹੈ ਬਹੁਤ ਘੱਟ ਜਾਂਦਾ ਹੈ। ਅਤੇ ਇੱਕ ਤਾਂ ਇਸ ਚੀਜ਼ ਦਾ ਧਿਆਨ ਰੱਖਣਾ ਹੈ, ਦੂਸਰੀ ਤੁਸੀਂ ਕਿਹੜੀ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਹੜੀ ਹਲਦੀ ਹੈ ਉਹ ਪੀਲੀ ਹਲਦੀ ਹੋਣੀ ਚਾਹੀਦੀ, ਉਹ ਹੀ ਪੀਲੀ ਹਲਦੀ ਵਿੱਚ ਹੀ ਤੁਸੀਂ ਇਹ ਲਾਲ ਮਿਰਚ ਨੂੰ ਛੁਪਾ ਕੇ ਰੱਖਣਾ ਹੈ। ਇਸ ਤੋਂ ਇਲਾਵਾ ਤੁਸੀਂ ਹਲਦੀ ਦੇ ਡੱਬੇ ਵਿੱਚ ਇੱਕ ਤਾਂ ਲਾਲ ਮਿਰਚ ਪਾ ਸਕਦੇ ਹੋ, ਉਸ ਤੋਂ ਇਲਾਵਾ ਦੂਸਰਾ ਹੈ ਇਲਾਇਚੀ ਵੀ, ਦੋ ਇਲਾਇਚੀਆਂ ਪਾ ਕੇ ਰੱਖ ਸਕਦੇ ਹੋ, ਉਹਦਾ ਵੀ ਉਨਾ ਹੀ ਫਲ ਮਿਲੇਗਾ। ਅਤੇ ਤੀਸਰਾ ਇੱਕ ਮਿਸ਼ਰੀ ਦਾ ਟੁਕੜਾ ਪਾ ਕੇ ਹਲਦੀ ਵਿੱਚ ਰੱਖ ਸਕਦੇ ਹੋ। ਇਹ ਤਿੰਨੋਂ ਟੋਟਕੇ ਬਹੁਤ ਹੀ ਕਾਰਗਰ ਹਨ, ਬਹੁਤ ਇਹ ਕੰਮ ਕਰਦੇ ਹਨ।
ओ दो गल्लां दा तुसी ध्यान रखना है। हल्दी दे डब्बे विच तुसी इन्हां तिन्नां विचों कोई एक चीज कर लो, यानी कि तीनों एक चीज जो भी तुहानूं ठीक लगे, जो तुहाडे घर विच मौजूद है, नहीं मौजूद है तो तुसी अपने घर दी परेशानियां नूं दूर करन वास्ते इन्ना तां कर ही सकदे हो, बाजार तों लिया सकदे हो जे घर विच इलायची नहीं है, लाल मिर्च सुक्की नहीं है या मिश्री नहीं है, तो इन्हां तीनों चीज़ों विचों एक चीज़ तुसी डब्बे विच पा के रख सकते हो। इस दे नाल नाल मैं तुहानूं होर टिप्स भी देवांगी कि अपना घर दी जिहड़ी रसोई दा हल्दी दा डब्बा है उसनों तुसी कदी भी घट ना होन दिओ, भाव उसनों हमेशा भर के रखो, अद्धे तो ज़्यादा हमेशा वह डब्बा रहना चाहिए है। यह भी एक टोटका है, ये साढ़े घर विच बरकत रहिंदी है, घर विच पैसा टिकदा है। ते इस तो अलावा जे हो सके तो एक पोटली विच हल्दी बन के तुसी जिथे भी पाठ पूजा करते हो, अपना जिहड़ा तुहाडा पाठ दा पूजा दा स्थान है, तो उत्थे ऐ एक जिहड़ा अनयूज्ड कपड़ा होवे, जिस कपड़े दी तुसी मतलब कहण दा भाव नवा कपड़ा, एकदम नवा कपड़ा, उहदे विच हल्दी बन के एक पोटली, छोटी जी पोटली बना के उत्थे रख देवो। उस नाल भी की होंदा है कि तुहाडे घर विच बहुत बरकत आएगी। ते हुण तुहानू मैं ऐसे छोटे छोटे उपाय भी दसांगी जिस नाल जिहड़े तुहाडे घर विच ए परेशानियां जे है तां तुसी ए वाले छोटे छोटे टोटके ते उपाय भी कर सकते हो। सब तो पहले जिन्हां लोकां दा विआह नहीं हो रहा, विआह विच कोई ना कोई रुकावट आ रही है, तां उहदे वास्ते तुसी की करना है, नाण वेले एक चुटकी हल्दी, सिर्फ एक चुटकी हल्दी अपनी नाण वाली बाल्टी विच पा लेनी है। उस दे नाल तुसी रोज़ स्नान करो तो देखो कि जो तुहाडे विआह विच रुकावट हो रही है, रिश्ते आंदे हन पर सिरे नहीं चढ़ते हन, तो वह बहुत जल्दी उस संजोग बन जाता है विआह का। इस तो अलावा जिन्हां दा विआह हो गया है पर उन्होंने घर विच रोज़ लड़ाई झगड़े कलेश होंदे हन, वह लोग भी अपने नाण वाली बाल्टी दे पानी विच एक चुटकी हल्दी मिला के यह प्रयोग करन तां बहुत ही यह कारगर सिद्ध होंदा है। यह मैं तुहानूं जो दस रही हाँ विश्वास नाल करोगे तां देखो जी जरूर लाभ पहुँचेगा। उस तो बाद जेकर घर तो बाहर निकलते हो, तुहानूं जॉब नहीं लग रही है, व्यापार सही नहीं चल रहा है, उहदे वास्ते एक छोटी जी पोटली विच बिल्कुल थोड़ी एक ग्राम भी इन्नी निक्की जी पोटली बना के अपनी जेब विच पा के निकलो जां पर्स विच पा के निकलो, तां देखना जो काम तुसी घर तो सोच के निकल रहे हो कि यह पूरा हो जाए तां 100% वो पूरा होएगा। तां ऐसी हल्दी दे छोटे छोटे टोटके ते उपा विश्वास नाल करो ते ऐ जरूर 100% काम करदे हन। हल्दी परमात्मा वालों सानू ए एक चमत्कारी औषधि ए वरदान मिली है, इस दे नाल असी अपने घर दियां बीमारियां दूर कर सकते हाँ, ते छोटे छोटे उपाय करके अपने घर विचों दुख दलिद्र दरिद्रता सब दूर कर सकते हाँ। ते ऐसे साडी अज दी वीडियो, जे वीडियो चंगी लगी है तां वीडियो नू लाइक जरूर कर दो जी, ते कमेंट विच अपने विचार जरूर देना जी।